ਬੋਲੇ ਸੋ ਨਿਹਾਲ ਗੁਰੂ ਘਰ ਦੇ ਗ੍ਰੰਥੀ ਸਿੰਘ ਦਾ ਮਾਣ ਸਨਮਾਨ ਪਿੰਡ ਵਾਸੀਆਂ ਨੇ ਪਾਇਆ ਸੋਨੇ ਦਾ ਕੈਂਠਾ ਰਹਿਣ ਨੂੰ ਕੋਠੀ ਏਸੀ ਐਲਈਡੀ ਦਾ ਕੀਤਾ ਪ੍ਰਬੰਧ ਵਿਦੇਸ਼ਾਂ ਤੋਂ ਆਈ ਗ੍ਰੰਥੀ ਸਿੰਘ ਦੇ ਲਈ ਮਾਇਆ ਜੀ ਹਾਂ ਗੁਰੂ ਘਰ ਦੇ ਕੂਕਰ ਦਾ ਪਿੰਡ ਵਾਸੀਆਂ ਦੇ ਵੱਲੋਂ ਮਾਣ ਸਨਮਾਨ ਕੀਤਾ ਗਿਆ ਪਾਠੀ ਸਿੰਘ ਨੂੰ 2 ਤੋਲੇ ਸੋਨੇ ਦਾ ਕੈਂਠਾ ਪਾਇਆ ਗਿਆ ਵਿਸ਼ੇਸ਼ ਤੌਰ ਤੇ ਕੋਠੀ ਬਣਾ ਕੇ ਦਿੱਤੀ ਗਈ ਜਿਸ ਦੇ ਵਿੱਚ ਏਸੀ ਐਲਈਡੀ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਗ੍ਰੰਥੀ ਸਿੰਘ ਦੀ ਸੇਵਾ ਤੋਂ ਪਿੰਡ ਵਾਸੀ ਇੰਨਾ ਜ਼ਿਆਦਾ ਪ੍ਰਭਾਵਿਤ ਹੋਏ ਕਿ ਵਿਦੇਸ਼ਾਂ ਤੋਂ ਵੀ ਇਸ ਪਾਠੀ ਸਿੰਘ ਦੇ ਲਈ ਮਾਇਆ ਭੇਜੀ ਗਈ ਔਰ ਇਹਨਾਂ ਦੇ ਰਹਿਣ ਦਾ ਬੰਦੋਬਸਤ ਕੀਤਾ ਗਿਆ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌੜ ਵਿਖੇ ਬਾਬਾ ਕਲਿਆਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਪੂਰਾ ਇੱਜ਼ਤ ਮਾਣ ਦਿੱਤਾ ਗਿਆ ਪਿੰਡ ਦੇ ਨੌਜਵਾਨ ਯੂਕੇ ਅਤੇ ਕੈਨੇਡਾ ਗਏ ਹੋਏ ਨੇ ਉਹਨਾਂ ਨੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਬਾਬਾ ਜੀ ਨੂੰ 2 ਤੋਲੇ ਸੋਨੇ ਦਾ ਕੈਂਠਾ ਭੇਜ ਦਿੱਤਾ ਜੋ ਪਿੰਡ ਵਾਸੀਆਂ ਨੇ ਅੱਜ ਇਹਨਾਂ ਨੂੰ ਦੇ ਦਿੱਤਾ ਪੰਜਾਬ ਦੇ ਵਿੱਚ ਇਹਨਾਂ ਪਰਿਵਾਰਾਂ ਦੀ ਅਤੇ ਇਹਨਾਂ ਦੇ ਪੂਰੇ ਪੰਜਾਬ ਦੇ ਵਿੱਚ ਇਸ ਪਿੰਡ ਦੀ ਚਰਚਾ ਹੋ ਗਈ ਹੈ ਕਿਉਂਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਗ੍ਰੰਥੀ ਸਿੰਘਾਂ ਦਾ ਇੱਜ਼ਤ ਮਾਣ ਨਹੀਂ ਹੁੰਦਾ ਬਣਦਾ ਮਾਣ ਸਤਿਕਾਰ ਉਹਨਾਂ ਨੂੰ ਨਹੀਂ ਮਿਲਦਾ ਉਹਨਾਂ ਨੂੰ ਇਹ ਖਬਰ ਜ਼ਰੂਰ ਸੋਚਣ ਦੇ ਲਈ ਮਜਬੂਰ ਕਰੇਗੀ ਗੁਰੂ ਘਰ ਦੇ ਲਈ ਆਪਣੀ ਪੂਰੀ ਜ਼ਿੰਦਗੀ ਜਿਨ੍ਹਾਂ ਨੇ ਪਾਠ ਕੀਤਾ ਗੁਰਬਾਣੀ ਦੇ ਲੜ ਲਾਇਆ ਲੋਕਾਂ ਨੂੰ ਉਹਨਾਂ ਦਾ ਪਿੰਡ ਵਾਸੀਆਂ ਦੇ ਵੱਲੋਂ ਪੂਰਾ ਇੱਜ਼ਤ ਮਾਣ ਕੀਤਾ ਗਿਆ 2 ਤੋਲੇ ਸੋਨੇ ਦਾ ਕੈਂਠਾ ਅਤੇ ਏਸੀ ਐਲਈਡੀ ਕੋਠੀ ਦਾ ਪ੍ਰਬੰਧ ਪਿੰਡ ਵਾਸੀਆਂ ਦੇ ਵੱਲੋਂ ਕੀਤਾ ਗਿਆ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਜਠੌੜ ਵਿਖੇ ਇਸ ਗ੍ਰੰਥੀ ਸਿੰਘ ਦਾ ਮਾਣ ਸਤਿਕਾਰ ਪਿੰਡ ਵਾਸੀਆਂ ਅਤੇ ਵਿਦੇਸ਼ਾਂ ਦੇ ਵਿੱਚ ਗਈ ਹੋਈ ਸੰਗਤ ਵੱਲੋਂ ਇੱਜ਼ਤ ਮਾਣ ਕੀਤਾ ਗਿਆ ਸੰਗਤ ਦਾਸਾਂ ਬੇਨਤੀ ਕਰਦੇ ਰਹੇ ਹਾਂ ਅਤੇ ਮਹਾਰਾਜ ਨੇ ਕਿਰਪਾ ਕੀਤੀ ਅਤੇ ਉਹਨਾਂ ਨੇ ਆਪਣੀ ਖੁਸ਼ੀ ਨਾਲ ਕੀਤਾ ਮੈਨੂੰ ਉਹਨਾਂ ਦੱਸਿਆ ਵੀ ਨਹੀਂ ਆ ਫਿਰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪੈ ਦਿੱਤਾ ਬਾਬਾ ਤੁਹਾਨੂੰ ਸਨਮਾਨਿਤ ਕਰਨਾ ਆ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਠ ਕਰਦਿਆਂ ਸੇਵਾ ਲੈਂਦੇ ਨੂੰ ਮੈਨੂੰ 8-9 ਸਾਲ ਹੋ ਗਏ ਤਾਂ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ ਕਲੀ ਸਾਲ ਮਾਨ ਸਨਮਾਨ ਹੋਇਆ ਕਿ ਪਹਿਲੀ ਵਾਰੀ ਨਹੀਂ ਆ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਉਸ ਤਰ੍ਹਾਂ ਮਾੜਾ ਛੋਟਾ ਮੋਟਾ ਚਲੋ ਚੱਲਦਾ ਰਹਿੰਦਾ ਕੰਮ ਅਤੇ ਆਹ ਜਿਹੜਾ ਇਹ ਪਹਿਲੀ ਵਾਰੀ ਆ ਸਾਡੇ ਇਲਾਕੇ 'ਚ ਪਹਿਲੀ ਵਾਰ ਆ ਜੀ ਲੱਗਦਾ ਪਿੰਡਾਂ 10-20 ਪਿੰਡਾਂ ਜੀ ਹਾਂਜੀ 8 ਸਾਲ ਤੁਹਾਨੂੰ ਸਨਮਾਨਿਤ ਕੀਤਾ ਫਿਰ ਕਿੰਨਾ ਕੁ ਮਨ ਨੂੰ ਖੁਸ਼ੀ ਆ ਜੀ ਮੈਨੂੰ ਖੁਸ਼ੀ ਬਹੁਤ ਜੀ ਬਹੁਤ ਜ਼ਿਆਦਾ ਖੁਸ਼ੀ ਆ ਹਾਂ ਇਹ ਗੁਰੂ ਘਰ ਨੂੰ ਲੱਗਦਾ ਗੁਰੂ ਘਰ ਦੇ ਵਜ਼ੀਰਾਂ ਦਾ ਲੋਕ ਬਹੁਤ ਘੱਟ ਮਾਨ ਸਨਮਾਨ ਹਾਂਜੀ ਬਹੁਤ ਬਹੁਤ ਘੱਟ ਹੀ ਬਹੁਤ ਘੱਟ ਹਾਂਜੀ ਲੋਕ ਚੱਜ ਨਾਲ ਕਮੇਟੀ ਵਾਲੇ ਨਹੀਂ ਪੈਸੇ ਦਿੰਦੇ ਅਤੇ ਬਹੁਤ ਘੱਟ ਲੋਕ ਕਰਦੇ ਆ ਸਾਡਾ ਭਜੰਗੀ ਭਜੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਅਤੇ ਬਾਕੀ ਗੁੜੀਆ ਉਹ ਪਾਠ ਕਰ ਲੈਂਦੀ ਆ ਉਹ ਵਿਆਹੀ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ੍ਹ ਗ੍ਰੰਥੀ ਸਿੰਘ ਨੇ ਉਹ ਆਪਣੇ ਬੱਚਿਆਂ ਨੂੰ ਗ੍ਰੰਥੀ ਸਿੰਘ ਨਹੀਂ ਬਣਾ ਰਹੇ ਕੀ ਰੀਜ਼ਨ ਕੀ ਆ ਕਿਉਂਕਿ ਮਾਨ ਸਤਿਕਾਰ ਨਹੀਂ ਮਿਲਦਾ ਜਾਂ ਜਿਸ ਤਰ੍ਹਾਂ ਹੋਣੀ ਚਾਹੀਦੀ ਉਹ ਚੀਜ਼ ਨਹੀਂ ਮਿਲਦੀ ਮਾਨ ਸਤਿਕਾਰ ਵੀ ਘੱਟ ਮਿਲਦਾ ਬਾਕੀ ਜਿੰਨੀ ਜ਼ਰੂਰਤ ਚਾਹੀਦੀ ਆ ਉਨੀ ਜਿਹੜੀ ਤਨਖਾਹ ਉਨੀ ਨਹੀਂ ਮਿਲਦੀ ਉਹਨਾਂ ਨਹੀਂ ਹੈਗਾ 5-7 ਹਜ਼ਾਰ ਨਾਲ ਕੀ ਬਣਦਾ ਇਸ ਤੋਂ ਵੱਧ ਕੋਈ ਵੀ ਨਹੀਂ ਦਿੰਦਾ ਘੱਟ ਤੋਂ ਘੱਟ 15-20 ਹਜ਼ਾਰ ਰੁਪਇਆ ਗ੍ਰੰਥੀ ਤਨਖਾਹ ਚਾਹੀਦੀ ਆ ਅਤੇ ਇਹ ਕਰਕੇ ਜ਼ਿਆਦਾ ਲੋਕ ਇਸ ਤੋਂ ਇਹ ਕਰਕੇ ਵੀ ਕਈ ਬੰਦੇ ਮਾੜੇ ਮੋਟੇ ਪਾਠ ਕਰ ਵੀ ਲੈਂਦੇ ਆ ਅਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜੇ ਬਾਹਰ ਜਾਣ ਨੂੰ ਤੁਰੇ ਫਿਰਦੇ ਆ ਇਹ ਕਰਕੇ ਪੂਰਾ ਜਿਹੜਾ ਉਹ ਜਿਹੜੀ ਗੁਜ਼ਾਰਾ ਗ੍ਰੰਥੀ ਦਾ ਨਹੀਂ ਹੁੰਦਾ
ਕੀ ਲੱਗਦਾ ਨਹੀਂ ਜਿਹੜਾ ਮਾਣ ਸਤਿਕਾਰ ਐਜੀਪੀਸੀ ਨੂੰ ਸੰਸਥਾ ਦਿੱਤਾ ਨਹੀਂ ਪਰ ਉਹਨਾਂ ਮਾਣ ਸਨਮਾਨ ਨਹੀਂ ਮਿਲਿਆ, ਇਹ ਪਰਿਵਾਰਾਂ ਨੇ ਦਿੱਤਾ, ਪਿੰਡ ਦੇ ਲੋਕਾਂ ਨੇ ਦਿੱਤਾ? ਐਜੀਪੀਸੀ ਕਿੱਥੇ ਕਰਦੀ? ਉਹ ਨਹੀਂ ਕੁਛ ਵੀ ਕਰਦੀ, ਉਹ ਤਾਂ ਬਹੁਤ ਘੱਟ, ਉਹਦੇ 5-3 ਹਜ਼ਾਰ ਤੋਂ ਤਨਖਾਹ ਹੀ ਨਹੀਂ ਦਿੰਦੇ ਤੇ ਜੇ ਪਿੰਡਾਂ ਦੀ ਗਰੰਥੀ ਆ। ਹਾਂਜੀ, ਐਸੀ ਬੀਜੀ ਨੂੰ ਕੁਝ ਵੀ ਕਰਦੀ? ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ? ਲੋਕਾਂ ਨੂੰ ਵੀ ਪਾਰ ਦੇ ਗ੍ਰੰਥੀਆਂ ਨੂੰ ਵੱਧ ਤੋਂ ਵੱਧ ਮਾਣ ਸਤਿਕਾਰ ਕਰੋ, ਅਤੇ ਇਹ ਕਰਕੇ ਜਿਹੜਾ ਨਗਰ ਦਾ ਸਤਿਕਾਰ ਹੋ ਜਾਵੇ, ਗ੍ਰੰਥੀਆਂ ਸਤਿਕਾਰ ਜੇ ਗ੍ਰੰਥੀਆਂ ਦਾ ਸਤਿਕਾਰ ਉਹਨਾਂ ਵੱਧ ਥੋੜ੍ਹਾ ਆ, ਇਹ ਗ੍ਰੰਥੀਆਂ ਸਤਿਕਾਰ ਕਰੋ। ਅਤੇ ਜਿਹੜਾ ਸਤਿਕਾਰ ਮਾੜਾ ਸਤਿਕਾਰ ਆ, ਜੋ ਗੁਰੂ ਮਹਾਰਾਜ ਗ੍ਰੰਥੀਆਂ ਸਤਿਕਾਰ ਕਰਦਾ ਉਹ ਮਾੜਾ ਸਤਿਕਾਰ ਆ, ਇਹ ਕਰਕੇ ਵੱਧ ਤੋਂ ਵੱਧ ਕਰੋ। ਅਤੇ ਗ੍ਰੰਥੀ ਸਿੰਘ ਵੀ ਆਪਣੇ ਸੂਰਾਂ 'ਤੇ ਕਾਇਮ ਰਹਿਣ, ਉਹ ਵੀ ਆਪਣਾ ਪਾਠ ਪੂਜਾ ਕਰਨ ਅਤੇ ਆਪਣੇ ਸਹੀ ਰਹਿਣ, ਅਤੇ ਸੰਗਤਾਂ ਮਾਣ ਸਤਿਕਾਰ ਕਰਦੀਆਂ, ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਮਾਣ ਸਤਿਕਾਰ। ਇਹ ਬਾਬਾ ਜੀ ਸਾਡੇ ਉੱਥੇ ਗ੍ਰੰਥੀ ਲੰਮੇ ਸਮੇਂ ਤੋਂ ਸੇਵਾ ਕਰਨ ਡਏ ਆ, ਬਹੁਤ ਸੋਹਣੀ ਇਹਨਾਂ ਸਬਰ ਅਤੇ ਸੰਤੋਖ ਦੇ ਨਾਲ, ਬੜੀ ਇੱਜ਼ਤ ਦੇ ਨਾਲ ਇਹਨਾਂ ਸੇਵਾ ਕੀਤੀ ਆ, ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ, ਬੜੀ ਇਹਨਾਂ ਨੇ ਕਦੀ ਕਿਸੇ ਗੱਲ ਦਾ ਕੋਈ ਤਮਾ ਨਹੀਂ ਕੀਤਾ, ਕੋਈ ਲਾਲਚ ਨਹੀਂ ਕੀਤਾ, ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ। ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਅਤੇ ਭਾਈ ਗੁਰਜੰਡ ਸਿੰਘ ਨੇ 2 ਤੋਲੇ ਕੈਂਠਾ ਜਿਹੜਾ ਸੋਨੇ ਦਾ ਬਣਵਾ ਕੇ ਘਰ ਸੱਜ ਕੇ ਬਾਬੇ ਦਾ ਸਨਮਾਨ ਕੀਤਾ ਹੈ, ਬਹੁਤ ਖੁਸ਼ੀ ਆ। ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸਾਂ ਵਸਿਆਂ ਸੰਗਤਾਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਆ, ਗੁਰਮੁਖੋ ਪਿਆਰਿਓ, ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ, ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ, ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਿਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਦੀ ਕਰਨੀ ਚਾਹੀਦੀ ਆ। ਬਾਕੀ ਗ੍ਰੰਥੀ ਸਿੰਘਾਂ ਨੂੰ ਇਹ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਅਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ, ਇਸੇ ਤਰ੍ਹਾਂ ਸਾਡੇ ਗਾਉਣ ਵਾਲੇ ਜਿਸ ਤਰ੍ਹਾਂ ਬੱਚੇ ਆ ਕੁ ਸਮਾਂ ਕੱਢ ਕੇ ਸ਼ਾਮਾਂ ਨੂੰ ਜਾਂ ਸਵੇਰ ਦੇ ਟਾਈਮ, ਸ਼ਾਮਾਂ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਆ, ਸਵੇਰ ਦੇ ਸਕੂਲ ਦਾ ਟਾਈਮ ਆ, ਅਤੇ ਛੋਟੇ ਬੱਚਿਆਂ ਨੂੰ ਅਗਾਂਹ ਸਿੱਖਿਆ ਗੁਰਬਾਣੀ ਦੀ ਸੰਥਿਆ ਜਿਹੜੀ ਆ ਉਹ ਆਪੋ ਆਪਣੇ ਪਿੰਡਾਂ 'ਚ ਗ੍ਰੰਥੀ ਸਿੰਘਾਂ ਨੂੰ ਬੇਨਤੀ ਆ ਦੇਣ, ਅਤੇ ਇਸੇ ਤਰ੍ਹਾਂ ਜਿਹੜੀਆਂ ਸੰਗਤਾਂ ਵਾ ਉਹ ਗ੍ਰੰਥੀ ਸਿੰਘਾਂ ਦਾ ਮਾਣ ਸਤਿਕਾਰ ਕਰਦੀਆਂ ਰਹਿਣ। ਬਹੁਤ ਖੁਸ਼ੀ ਆ ਬਾਬਾ ਜੀ, ਕਿਉਂਕਿ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ, ਅਤੇ ਅਗਾਂਹ ਉਹਨਾਂ ਦੇ ਬੱਚੇ ਵੀ ਗ੍ਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ। ਅਤੇ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ, ਉਹਨੂੰ ਮੈਂ ਆਖਿਆ ਵੀ ਆਪਾਂ ਤਾਂ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਸਨਮਾਨਿਤ ਕਰੀਏ, ਅਤੇ ਅਗਾਂਹ ਆਉਣ ਵਾਲੇ ਹੋਰ ਵੀ ਉਤਸ਼ਾਹ ਵਧੇਗਾ। ਹਾਂਜੀ, ਜੋਗਾ ਸਿੰਘ ਜੀ ਇਹ ਕੈਨੇਡਾ ਜੇ? ਹਾਂਜੀ, ਇੱਕ ਨਾਲ ਉਹਦਾ ਦੋਸਤ ਧਿਆਨ ਨਾਲ ਉਸਨੇ ਸਨਮਾਨਿਤ ਕੀਤਾ, ਉਸਦਾ ਨਾਂ ਗੁਰਜੰਟ ਸਿੰਘ, ਉਹ ਯੂਕੇ ਆ। ਹਾਂਜੀ ਹਾਂਜੀ, ਠੀਕ ਹੈ। ਕਿੰਨੇ ਤੋਲਿਆਂ ਦਾ ਜਿਹੜਾ ਤੁਸੀਂ ਕੈਂਠਾ ਪਾਇਆ? 2 ਤੋਲਿਆਂ ਦਾ ਜੀ। 2 ਤੋਲੇ? ਹਾਂਜੀ। ਤੇ ਕਿਹੜੇ ਗੁਰੂ ਘਰ ਦੇ ਹੈਗੇ ਨੇ? ਇਹ ਸਾਡੇ ਬਾਬਾ ਕਲਿਆਣ ਜੀ ਦਾ ਗੁਰਦੁਆਰਾ ਜੀ, ਸ਼ਹੀਦ ਸਿੰਘ ਹੋਏ ਆ ਉਹਨਾਂ ਦਾ ਗੁਰਦੁਆਰਾ ਜੀ। ਤੇ ਲੋਕਾਂ ਨੂੰ ਕਿਸੇ ਦੇਣਾ ਚਾਹੋ? ਅਸੀਂ ਦੇਖਿਆ ਵੀ ਲੋਕ ਬਹੁਤ ਘੱਟ ਸਤਿਕਾਰ ਕਰਦੇ ਨੇ ਗ੍ਰੰਥੀ ਸਿੰਘ ਦਾ, ਗੁਰੂ ਦੇ ਵਜ਼ੀਰ ਦਾ, ਪਰ ਤੁਸੀਂ ਬਹੁਤ ਸਤਿਕਾਰ ਦੇ ਨਾਲ ਘਰੇ ਤੁਹਾਡੇ ਆ ਜਾਤੀ ਚੁੱਕ ਲਗਾਇਆ ਗਿਆ, ਕੀ ਕਹਿਣਾ ਚਾਹੋਗੇ? ਆਪਾਂ ਤਾਂ ਇਹੋ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਥੀ ਦਾ ਸਨਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ। ਵੇਖੋ ਜੀ, ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਹਾਂ ਅਤੇ 1.5-2 ਲੱਖ ਰੁਪਈਆ ਗਾਉਣ ਵਾਲੀਆਂ ਨੂੰ ਦੇ ਦਿੰਦੇ ਹਾਂ, ਜੋ ਨੱਚ ਗਾ ਕੇ ਗਾਂਹ ਜਾਂਦੀਆਂ ਕੰਜਰਖਾਨਾ ਜਾਂ ਗੁਰੂ ਘਰ ਦਾ ਗ੍ਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ। ਆਪਾਂ ਉਹਨਾਂ ਨੂੰ ਕੁਛ ਵੀ ਨਹੀਂ ਦੇਣ ਜੋਗੇ, ਜਿੰਨੇ ਕੁ ਜੋਗੇ ਉਹਨਾਂ ਕਿਤੇ ਸਨਮਾਨ ਕਰੀਏ। ਹਾਂ, ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ। ਇਹ ਮਾਣ ਸਨਮਾਨ ਜਿਹੜਾ ਇਕੱਲੇ ਗ੍ਰੰਥੀ ਸਿੰਘ ਦਾ ਨਹੀਂ, ਇਹ ਸਾਰੇ ਪਿੰਡ ਦਾ ਹੀ ਮਾਣ ਸਨਮਾਨ ਆ ਜੀ, ਕਿਉਂਕਿ ਜੇ ਗ੍ਰੰਥੀ ਸਿੰਘ ਦਾ ਮਾਣ ਸਨਮਾਨ ਆਇਆ ਸਮਝ ਲਓ ਸਾਰੇ ਪਿੰਡ ਦਾ ਮਾਣ ਸਨਮਾਨ ਹੋ ਗਿਆ। ਅਤੇ ਅੱਗੇ ਆ ਇਹ ਸਾਡੇ ਗ੍ਰੰਥੀ ਬਹੁਤ ਹੀ ਮਿਹਨਤੀ ਆ, ਅਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ। ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ, ਇਹ 40 ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ, ਪਿੰਡ ਸਾਡਾ ਬਿਲਕੁਲ ਛੋਟਾ, ਅਤੇ ਪਰ ਏਕਤਾ ਬਹੁਤ ਹੈ। ਗ੍ਰਾਹੀ ਬੜੀ ਵੱਧ ਚੜ ਕੇ ਦਿੰਦੇ ਆ, ਹਰ ਕੋਈ ਜਿਹਦੇ ਘਰ ਜਾਈਏ ਜਿਸ ਦਿਨ ਸਾਡੀ ਗ੍ਰਾਹੀ ਹੁੰਦੀ ਆ, ਉਦਨ ਸਾਡੇ ਸੰਗਤ ਘੱਟੋ ਘੱਟ ਵੀ 100 ਤੋਂ ਉੱਪਰ ਹੁੰਦੇ ਆ, ਅਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ। ਕਿਸੇ ਨੇ ਪਕੌੜਿਆਂ ਦਾ ਲੰਗਰ ਲਾਇਆ, ਕਿਸੇ ਨੇ ਜਲੇਬਾਂ ਲਾਇਆ, ਕਿਸੇ ਨੇ ਠੰਡਿਆਂ ਦਾ ਲਾਇਆ। ਬਹੁਤ ਏਕਤਾ ਸਾਡੀ ਨਗਰ ਦੀ ਜੀ, ਮਹਾਰਾਜ ਬਾਬਾ ਕਲਿਆਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ, ਅਤੇ ਇਸ ਤਰ੍ਹਾਂ ਹੀ ਤਰੱਕੀ ਹੁੰਦੀ ਰਹੇ।